ਕੂੜੇ ਦੇ ਢੇਰਾਂ ਵਿੱਚੋਂ ਨਵੇਂ ਬੈਚ ਮਿਲਣ ਦੇ ਨਾਲ ਫੈਲੀ ਹੈ ਸਨਸਨੀ। ਆਖਿਰਕਾਰ ਇਹ ਕੀਮਤੀ ਸਮਾਨ ਕੂੜੇ ਦੇ ਵਿੱਚ ਕਿਸਨੇ ਰੱਖਿਆ, ਇਸ ਸੋਚ ਨੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਬਣਾ ਦਿੱਤਾ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਮਲੋਟ ਦੇ ਬਾਬਾ ਦੀਪ ਸਿੰਘ ਨਗਰ ਦੇ ਵਿੱਚੋਂ ਸਾਹਮਣੇ ਆਇਆ। ਪ੍ਰਾਈਵੇਟ ਕਾਰ ਚਾਲਕ ਸੰਗਠਨ ਦੇ ਪ੍ਰਧਾਨ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹਨਾਂ ਮਹਿੰਗੇ ਬੈਟਰੀਆਂ ਨੂੰ ਕੂੜੇ ਦੇ ਢੇਰਾਂ ਦੇ ਵਿੱਚ ਦੇਖਣ ਉਪਰੰਤ ਲੋਕਾਂ ਦੇ ਵਿੱਚ ਸਨਸਨੀ ਫੈਲ ਗਈ ਕਿ ਆਖਿਰਕਾਰ ਇੰਨੇ ਮਹਿੰਗੇ ਉਪਕਰਨ ਕੂੜੇ ਦੇ ਵਿੱਚ ਕਿਵੇਂ ਆ ਗਏ। ਸੰਭਾਵਨਾ ਹੈ ਕਿ ਪੁਲਿਸ ਵੱਲੋਂ ਚਲਾਏ ਜਾਂਦੇ ਸਰਚ ਆਪਰੇਸ਼ਨਾਂ ਦੇ ਡਰ ਦੇ ਕਾਰਨ ਕਿਸੇ ਵਿਅਕਤੀ ਨੇ ਚੋਰੀ ਕੀਤੇ ਗਏ ਇਹ ਬੈਟਰੀ ਆਪਣੇ ਘਰ ਜਾਂ ਹੋਰ ਟਿਕਾਣੇ ਤੋਂ ਪਾਸੇ ਹਟਾਉਂਦਿਆਂ ਇਹਨਾਂ ਕੂੜੇ ਦੇ ਢੇਰਾਂ ਦੇ ਵਿੱਚ ਲੁਕਾਏ ਹੋਣ, ਪਰ ਜਦੋਂ ਇਹਨਾਂ ਤੱਕ ਇਹਨਾਂ ਬੈਟਰੀਆਂ ਦੇ ਅਸਲ ਮਾਲਕ ਬਾਰੇ ਪਤਾ ਨਹੀਂ ਲੱਗਦਾ, ਉਹ ਤੱਕ ਲੋਕਾਂ ਦੇ ਵਿੱਚ ਇਹ ਸਵਾਲ ਡਰ ਦਾ ਕਾਰਨ ਬਣਿਆ ਹੋਇਆ ਕਿ ਇਸ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ।